ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ 'ਤੇ। ਲੈ ਕੇ ਆਪਾਂ ਹਾਜ਼ਰ ਹੋਏ ਜੀ ਪੰਜਾਬ ਦੇ ਅਗਲੇ ਦਿਨਾਂ ਦੇ ਮੌਸਮ ਦੀ ਤਾਜ਼ਾ ਅਪਡੇਟ। ਹੁਣੇ ਹੁਣੇ ਪੰਜਾਬ ਦੇ ਅਗਲੇ 3 ਤੋਂ ਲੈ ਕੇ 4 ਦਿਨਾਂ ਦੇ ਮੌਸਮ ਨੂੰ ਲੈ ਕੇ ਜੀ ਆ ਗਈ ਵੱਡੀ ਚੇਤਾਵਨੀ। ਇਹਨਾਂ ਇਲਾਕਿਆਂ ਦੇ ਵਿੱਚ ਜਾਰੀ ਹੋ ਗਿਆ ਭਾਰੀ ਹੜ੍ਹਾਂ ਦਾ ਵੱਡਾ ਅਲਰਟ। ਹੋ ਜੋ ਸਾਵਧਾਨ ਦੋਸਤੋ। ਇਸ ਵਕਤ ਦੀ ਪੂਰੀ ਅਤੇ ਵੱਡੀ ਅਤੇ ਤਾਜ਼ਾ ਖਬਰ ਲੈ ਕੇ ਪੇਸ਼ ਹੋਏ ਜੀ। ਵੀਡੀਓ ਨਾਲਾਂ ਤੱਕ ਜ਼ਰੂਰ ਜੁੜੇ ਰਹਿਣਾ, ਅਤੇ ਜਿਨ੍ਹਾਂ ਵੀਰਾਂ ਨੇ ਸਾਡੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ, ਤਾਂ ਜੋ ਇਸੇ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਿਹਾ ਕਰਨ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਆਪਾਂ ਨੂੰ ਬੱਦਲਬਾਈਆਂ ਦੇਖਣ ਨੂੰ ਮਿਲ ਰਹੀਆਂ ਨੇ। ਬਹੁਤ ਇਲਾਕਿਆਂ ਵਿੱਚ ਮੀਂਹ ਦੇ ਆਸਾਰ ਜਿਹੜੇ ਹੁਣ ਲਗਾਤਾਰ ਬਣ ਰਹੇ ਨੇ। ਮੀਂਹ ਕਾਫੀ ਹਿੱਸਿਆਂ ਦੇ ਵਿੱਚ ਪੈ ਵੀ ਰਿਹਾ ਹੈ, ਅਤੇ ਹੜ੍ਹਾਂ ਵਾਂਗ ਸਥਿਤੀ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਬਣੀ ਹੋਈ ਹੈ। ਮਾੜੇ ਹਾਲਾਤ ਦੇਖਣ ਨੂੰ ਮਿਲ ਰਹੇ ਨੇ। ਪਰ ਜੇਕਰ ਗੱਲ ਕਰੀਏ ਜੀ ਆਪਾਂ ਆਉਂਦੇ ਦਿਨਾਂ ਦੇ ਮੌਸਮ ਦੀ, ਤਾਂ ਆਉਂਦੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਸਰੋਤੇ ਵੀਰ ਆਪਾਂ ਨੂੰ ਰਾਹਤ ਵਾਲਾ ਦੇਖਣ ਨੂੰ ਮਿਲ ਸਕਦਾ ਹੈ। ਜੀ ਹਾਂ ਦੋਸਤੋ, ਮੀਂਹ ਦੇ ਅਸਾਰ ਘੱਟ ਸਕਦੇ ਨੇ। ਹਾਲਾਂਕਿ ਬੱਦਲਵਾਈਆਂ ਜ਼ਰੂਰ ਬਣੀਆਂ ਰਹਿਣਗੀਆਂ ਆਉਂਦੇ 3-4 ਦਿਨਾਂ ਤੱਕ, ਪਰ ਹਲਕੀ ਬੂੰਦਾਬੰਦ ਵੀ ਹੋ ਸਕਦੀ ਹੈ। ਪਰ ਇਸ ਤੋਂ ਇਲਾਵਾ ਜੀ ਸਰੋਤੇ ਵੀਰੋ, ਕੋਈ ਜ਼ਿਆਦਾ ਭਾਰੀ ਮੀਂਹ ਦੇ ਅਸਾਰ ਕਿਸੇ ਇਲਾਕੇ ਵਿੱਚ ਵੀ ਹੁਣ ਮੌਸਮ ਵਿਭਾਗ ਵੱਲੋਂ ਨਹੀਂ ਜਤਾਏ ਗਏ ਨੇ। ਸੋ ਇੱਕ ਰਾਹਤ ਵਾਲੀ ਖਬਰ ਹੈ ਜੀ ਆਪਣੇ ਪੰਜਾਬ ਵਾਸੀਆਂ ਦੇ ਲਈ, ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਲਈ, ਕਿਉਂਕਿ ਭਾਰੀ ਹੜ੍ਹਾਂ ਦੇ ਕਰਕੇ ਜੀ ਇਸ ਵਕਤ ਕਿਸਾਨ ਭਰਾਵਾਂ ਲਈ ਬੇਹੱਦ ਜਿਹੜਾ ਮੁਸ਼ਕਲ ਵਾਲਾ ਦੌਰ ਜਿਹੜਾ ਚੱਲ ਰਿਹਾ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕਿਸਾਨ ਭਰਾਵਾਂ ਨੂੰ ਸਾਡੇ ਨੂੰ ਜਿਹੜਾ ਕਰਨਾ ਪੈ ਰਿਹਾ ਹੈ। ਅਤੇ ਫਿਲਹਾਲ ਮੀਂਹ ਦੀ ਸੰਭਾਵਨਾ ਤਾਂ ਹੁਣ ਲਗਾਤਾਰ ਮੌਸਮ ਵਿਭਾਗ ਵੱਲੋਂ ਜਿਹੜੀ ਘੱਟਦੀ ਦਿਖਾਈ ਦਿੱਤੀ ਗਈ ਹੈ, ਅਤੇ ਨਾਲ ਹੀ ਭਾਰੀ ਮੀਂਹ ਦੀ ਸੰਭਾਵਨਾ ਤਾਂ ਬਿਲਕੁਲ ਵੀ ਨਹੀਂ ਦਿਸੀ ਗਈ ਹੈ। ਹਲਕੀ ਕਿਰਮਿਨ ਜ਼ਰੂਰ ਥੋੜ੍ਹੇ ਬਹੁਤ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ, ਪਰ ਬੱਦਲਵਾਈਆਂ ਵੀ ਬਣਨਗੀਆਂ, ਠੰਡੀਆਂ ਹਵਾਵਾਂ ਚੱਲਣਗੀਆਂ, ਗਰਮੀ ਤੋਂ ਰਾਹਤ ਰਹੇਗੀ। ਪਰ ਭਾਰੀ ਮੀਂਹ ਤੋਂ ਵੀ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਰਾਹਤ ਆ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ। ਸੋ ਇਹ ਸੀ ਜੀ ਹੁਣ ਦੀ ਅਪਡੇਟ। ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰਨਾ, ਖਾਸ ਕਰਕੇ ਸਾਡੇ ਕਿਸਾਨ ਭਰਾਵਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਧੰਨਵਾਦ ਜੀ।